ਇੱਕ-ਇੱਕ ਕਰਕੇ ਨਾ ਤੇ ਸਾਰਿਆਂ ਦੇ ਲੰਗੋਟ ਨੂੰ ਹੱਥ ਪਾਵਾਂਗੇ ਛੱਡ ਦੇ ਕਿਸੇ ਨੂੰ ਆ ਦੇਖੋ ਗੱਲ ਬੜੀ ਭੈੜੀ ਜੀ ਆਖਣ ਲੱਗਾ ਮੈਂ ਉਹ ਲੁੱਚੇ ਨੂੰ ਲੰਡਾ ਵਾਲੀ ਗੱਲ ਹੈ ਨਾ ਇਹ ਸਾਧਾਂ ਵਿੱਚ ਇਸ ਤਰੀਕੇ ਨਾਲ ਹੀ ਮਿਲ ਪੈਂਦੇ ਨੇ ਤੇ ਇਧਰੋਂ ਯੂਨਿਟੀ ਜੇ ਉਹਨਾਂ ਦੀ ਤਾਂ ਸਾਡੇ ਵੀ ਯੂਨਿਟੀ ਬਣ ਗਈ ਹਨਾ ਹਰਪ੍ਰੀਤ ਸਿੰਘ ਮਖੂ ਵੀ ਖੜ ਗਿਆ ਬਾਜਬਾ ਵੀ ਖੜ ਗਿਆ ਪ੍ਰੀਤ ਸੈਣੀ ਵੀ ਖੜ ਗਿਆ ਅਸੀਂ ਤਾਂ ਲੱਭਦੇ ਫਿਰਦੇ ਆ ਕੂਡਾਂ ਦੇ ਵਿੱਚ ਜਾ ਕੇ ਲੱਭਦੇ ਫਿਰਦੇ ਆ ਵੀ ਸਾਨੂੰ ਕਿਹੋ ਜਿਹਾ ਲੱਭੇ ਇਹਨਾਂ ਦੇ ਲੰਗੋਟ ਨੂੰ ਹੱਥ ਪੈ ਗਿਆ ਹਨਾ ਬਾਜਬਾ ਉਹ ਪਿੱਛੇ ਹਟਨ ਵਾਲਾ ਨਹੀਂ ਸੈਣੀ ਉਹ ਮਾਣਦੇ ਮੈਂ ਸੱਚੀ ਗੱਲ ਦੱਸਾਂ ਇਹ ਤੇ ਲਫਾਫੇ ਲੈ ਕੇ ਮਗਰ ਤੁਰੇ ਫਿਰਦੇ ਨੇ ਜੋ ਸਾਡੇ ਤੱਕ ਆਈਆਂ ਹਨਾ ਵੀ ਆਪਾਂ ਇੰਝ ਕਰੀ ਆਪਾਂ ਠਰਦੀਏ ਬਾਬੇ ਦਾ ਬਣਿਆ ਬਣਾਇਆ ਜੀ ਚਾਮ ਧਾਮਦਿਆ ਮੈਂ ਕਹਿੰਨੀ ਬਾਈ ਜੀ ਹੁਣ ਤੇ ਲੰਗੋਟ ਨੂੰ ਹੱਥ ਪਿਆ ਆ ਹੁਣ ਇੱਕਦਮ ਪਿਸ਼ਾ ਖਿੱਚਿਆ ਨਹੀਂ ਜਾਣਾ ਸਾਡੇ ਤੇ ਵੀ ਲੋਕਾਂ ਨੇ ਸਵਾਲ ਕਰਨੇ ਆ ਰਾਮ ਜੀ ਦਾ ਅਸਥਾਨ ਬਣਦਾ ਪਿਆ ਹਨਾ ਇਹ ਕੋ ਹਿੰਦੂ ਭਰਾਮਣ ਦੀ ਆਸਥਾ ਦਾ ਕੇਂਦਰ ਹੈ ਮੈਂ ਵੀ ਸਤਕਾਰ ਦੇ ਨਾਲ ਸ਼ਬਦਾਵਲੀ ਵਰਤਾਂਗਾ ਮੈਂ ਕਿਉਂ ਕਿਸੇ ਨੂੰ ਮਾੜਾ ਕਹਿਣਾ ਹੈ ਨਾ ਜੇ ਮੰਨ ਕੇ ਚੱਲੋ ਵੀ ਐਡਾ ਪਾਵਨ ਅਸਥਾਨ ਬਣਦਾ ਪਿਆ ਹੈ ਤੇ ਉਸ ਪਾਵਨ ਅਸਥਾਨ ਦੇ ਉੱਤੇ ਇੱਕ ਬਲਾਤਕਾਰੀ ਦੇ ਹੱਥਾਂ ਦੇ ਵਿੱਚੋਂ ਸੀ ਲੰਗਰ ਛਕਣਾ ਜੀ ਬੀਤੇ ਦਿਨਾਂ ਚੰਡੀਗੜ੍ਹ ਦੇ ਪ੍ਰੈਸ ਕਲੱਬ ਦੇ ਵਿੱਚ ਇੱਕ ਨਿਹੰਗ ਸਿੰਘ ਦੇ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਜਾਂਦੀ ਹੈ ਜਿਨੇ ਦਿਮਾਲੇ 'ਚ ਗਲਾਬ ਦਾ ਫੁੱਲ ਟੰਗਿਆ ਸੀ ਤੇ ਕਹਿ ਰਹੇ ਸੀ ਕਿ ਰਾਮ ਲੱਲਾ ਦੀ ਉਸ ਪਾਵਨ ਧਰਤੀ ਦੇ ਉੱਤੇ ਜਾ ਕੇ ਲੰਗਰ ਲਾਵਾਂਗੇ ਜਿੱਥੇ ਰਾਮ ਮੰਦਰ ਬਣਾਇਆ ਜਾ ਰਿਹਾ ਯੋਦੇ ਦੇ ਵਿੱਚ ਬਣ ਚੁੱਕਿਆ ਉਸ ਤੇ ਉੱਤੇ ਮੂਰਤੀ ਸਥਾਪਨਾ ਜਿਹੜੀ ਉੱਥੇ ਹੋਣੀ ਹੈ ਪਰ ਉੱਥੇ ਉਹ ਕਹਿੰਦੇ ਕਿ 1858 ਦੇ ਵਿੱਚ ਨਿਹੰਗ ਸਿੰਘ ਬਾਬਾ ਫਕੀਰ ਸਿੰਘ ਹੁਣਾਂ ਦੇ ਵੱਲੋਂ ਉੱਥੇ ਸਭ ਤੋਂ ਪਹਿਲਾਂ ਅਰਦਾਸ ਕੀਤੀ ਗਈ ਸੀ ਅਸੀਂ ਉਹਨਾਂ ਦੀ ਆਉਣ ਵਾਲੀਆਂ ਪੀੜ੍ਹੀਆਂ ਵਾਂ ਤੇ ਇਸ ਕਰਕੇ ਅਸੀਂ ਉਸੇ ਆਧਾਰ ਦੇ ਉੱਤੇ ਲੰਗਰ ਲਾਉਣ ਜਾ ਰਹੇ ਹਾਂ ਸਾਡੇ ਨਾਲ ਮਖੂਸ ਸਾਹਿਬ ਨੇ ਮਖੂਸ ਸਾਹਿਬ ਇਤਿਹਾਸ ਬਹੁਤ ਪੜਿਆ ਤੁਸੀਂ ਵੀ ਸੈਕ ਕੌਮ ਦਾ ਇਤਿਹਾਸ ਬਹੁਤ ਵੱਡਾ ਰਿਹਾ 1858 ਦੇ ਵਿੱਚ ਕਹਿੰਦੇ ਕਿ ਜਦੋਂ ਬਾਂਬਰੀ ਮਸਜਿਦ ਢਾਉਣ ਦੇ ਦੌਰ ਤੋਂ ਸ਼ੁਰੂ ਹੁੰਦਾ ਤੇ RAM ਮੰਦਰ ਦੀ ਗੱਲ ਸ਼ੁਰੂ ਹੁੰਦੀ ਹੈ ਉਦੋਂ ਕਹਿੰਦੇ ਨਿਹੰਗ ਸਿੰਘ ਬਾਬਾ ਫਕੀਰ ਸਹੋਣੀ ਜਿਹੜੇ ਨੇ ਉੱਥੇ ਅਰਦਾਸ ਕਰਦੇ ਨੇ ਸਭ ਤੋਂ ਪਹਿਲਾਂ ਪਹਿਲੀ ਗੱਲ ਤੇ ਮੈਂ ਦੱਸਣੀ ਚਾਹੁੰਨਾ ਵਾਂ ਕਿ ਜੇ ਇਹਨਾਂ ਨੇ ਇਹ ਇਸ ਤਰੀਕੇ ਦਾ ਹਵਾਲਾ ਦਿੱਤਾ ਆ ਤੇ ਉਹ ਹਵਾਲਾ ਕਿਹੜੇ ਗ੍ਰੰਥ ਵਿੱਚੋਂ ਲਿਆ ਆ ਕਿਹੜੇ ਲਿਖਾਰੀ ਦਾ ਸੀ ਜੇ ਉਸ ਸਮੇਂ ਦਾ ਕੋਰਟ ਦੇ ਵਿੱਚ ਗਿਆ ਸੀ ਉਹ ਕੀ ਪ੍ਰੂਫ ਨੇ ਉਹ ਸਾਰੇ ਸੰਗਤ ਅੱਗੇ ਪਹਿਲਾਂ ਲਿਆ ਕੇ ਰੱਖਣ ਨਾ ਫਿਰ ਉਹ ਮੈਟਰ ਆਵੇਗਾ ਚਲੋ ਜੇ ਆਪਾਂ ਮੰਨ ਵੀ ਲਈਏ ਇੱਕ ਪਲ ਦੇ ਲਈ ਵੀ ਐਸਾ ਕੁਝ ਹੋਇਆ ਤੇ ਦੂਜੇ ਨੰਬਰ ਦੇ ਉਪਰ ਇਹ ਆਪਣੇ ਆਪ ਨੂੰ ਅਠਵੀਂ ਦਸਵੀਂ ਜੋ ਵੀ ਅੰਛ ਬੰਚ ਦੱਸਦੇ ਪਏ ਨੇ ਤੇ ਕੀ ਜਦੋਂ ਉਹਨਾਂ ਨੇ ਮੁੱਦਾ ਚੁੱਕਿਆ ਸੀ ਉਹਨਾਂ ਨੇ ਕਿਹਾ ਸੀ ਵੀ ਪਿਛਲੀਆਂ ਸੱਤ ਪੀੜੀਆਂ ਚੁੱਪ ਰਹਿਣਗੀਆਂ ਤੇ ਉਸ ਤੋਂ ਬਾਅਦ ਅੱਠਵੀਂ ਪੀੜੀ ਜਿਹੜੀ ਉਹ ਆ ਕੇ ਮੁੱਦਾ ਚੁੱਕੇਗੀ ਇਸ ਤਰੀਕੇ ਦੀ ਤੇ ਕੋਈ ਗੱਲਬਾਤ ਨਹੀਂ ਹੋਈ ਹੈਨਾ ਚਲੋ ਮੰਨਿਆ ਵੀ ਇਹਨਾਂ ਨੇ ਉੱਥੇ ਜਾਣਾ ਇਹਨਾਂ ਦੀ ਆਸਥਾ ਖੂਬ ਹੈਗੀ ਅਸੀਂ ਮਾੜਾ ਨਹੀਂ ਕਹਿੰਦੇ ਦੇਖੋ ਭਾਰਤ ਦੇ ਵਿੱਚ ਨਾ ਧਰਮ ਨਿਰਪੱਖਤਾ ਹੈ ਇੱਥੇ ਸਾਰੇ ਧਰਮਾਂ ਦੇ ਰਹਿੰਦੇ ਨੇ ਮੈਂ ਤਾਂ ਕਹਿੰਦਾ ਖੰਨਾ ਵੀ ਜੇ ਗੁਰਦੁਆਰਾ ਸਾਹਿਬ ਦੀ ਆਵਾਜ਼ ਆਉਂਦੀ ਹੈ ਤੇ ਮੰਦਰ ਦੇ ਟਲਦੇ ਵੀ ਆਉਂਦੀ ਹੈ ਅਜ ਇਹਨਾਂ ਦੀ ਆਸਤਾ ਕਿ ਜੀ ਸਦਕੇ ਜਾਨ ਪਰ ਲੰਗਰ ਲਾਉਣ ਦੇ ਲਈ ਤੁਹਾਨੂੰ ਲੱਗਦਾ ਵੀ ਪ੍ਰੈਸ ਕਾਨਫਰੰਸ ਕਰਨੀ ਪੈਂਦੀ ਹੁੰਦੀ ਐ ਲੰਗਰ ਲਾਉਣ ਦੇ ਲਈ ਤੁਹਾਨੂੰ ਲੱਗਦਾ ਵੀ ਐਡਾ ਵੱਡਾ ਚਾਮਤਾਂਬ ਲੋਕਾਂ ਦੇ ਵਿੱਚ ਰੌਲਾ ਪਾਉਣਾ ਪੈਂਦਾ ਆ ਆ ਰਸਤੇ ਦੇ ਵਿੱਚ ਮੈਂ ਆ ਤਿੰਨ ਚਾਰ ਥਾਂਵਾਂ ਤੇ ਰਾਹ ਦੇ ਵਿੱਚ ਲੰਗਰ ਲੱਗਾ ਸੀ ਮੈਨੂੰ ਨਹੀਂ ਲੱਗਦਾ ਵੀ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਸੀ ਪਰ ਦੂਸਰੇ ਪਾਸੇ ਮੈਂ Hindu ਭਰਾਵਾਂ ਨੂੰ ਕੁਛ ਨਾ ਚਾਹੁੰਨਾ ਮਾਂ ਵੀ ਜੀ ਇਹਨੇ ਲੰਗਰ ਲਾਉਣਾ ਆ ਮੰਨ ਲਓ ਇਹ ਕਹਿੰਦਾ ਵੀ ਮੈਂ ਲੰਗਰ ਲਾਉਣਾ ਆ ਹਨਾ ਤੇ ਤੁਸੀਂ ਇਹਨੂੰ ਇੰਨਾ ਜ਼ਿਆਦਾ ਚੜਾ ਕੇ ਕਿਉਂ ਵੇਖਦੇ ਪਏ ਹੋ ਇੰਨਾ ਜ਼ਿਆਦਾ ਚੜਾ ਰਹੇ ਹੋ ਤੀਜੇ ਨੰਬਰ ਦੇ ਉੱਪਰ ਮੈਂ ਇੱਕ ਬੇਨਤੀ ਹੋਰ ਕਰਨੀ ਚਾਹੁੰਦਾ ਤੁਸੀਂ ਕਿਹਾ ਵੀ ਆ ਇਤਿਹਾਸ ਪੜਿਆ ਹਨਾ ਉਹ ਮੈਂ ਤੇ ਨਹੀਂ ਪੜਿਆ ਇਹ ਲਿਆਵੇ ਤੇ ਮੈਂ ਚੰਗੀ ਤਰ੍ਹਾਂ ਉਹਨੂੰ ਰੀਡ ਕਰਾਂਗਾ ਪਰ ਦੂਸਰੀ ਗੱਲ ਜਿਹੜਾ ਇਹਦਾ ਇਤਿਹਾਸ ਹੈ ਉਹ ਤੇ ਵੇਖ ਲਓ ਇੱਥੇ ਭੈਣ ਆਈ ਹੈ ਹਨਾ ਉਹ ਭੈਣ ਆਈ ਹੈ ਉਹ ਰੋ ਰੋ ਕੇ ਕਹਿ ਰਹੀ ਹੈ ਵੀ ਮੇਰੇ ਨਾਲ ਇਸ ਬੰਦੇ ਨੇ ਧੱਕਾ ਕੀਤਾ ਤੇ ਮੈਂ ਸਿਰਫ ਹਿੰਦੂ ਭਰਾਮਾਂ ਨੂੰ ਬੇਨਤੀ ਕਰਨੀ ਚਾਹੁੰਦਾ ਵੀ ਜਿੱਥੇ ਤੁਸੀਂ ਪ੍ਰੈਸ ਕਾਨਫਰੰਸ ਕਰਕੇ ਇਸ ਬੰਦੇ ਨੂੰ ਬਹੁਤ ਉਚਾਈਆਂ ਤੇ ਲੈ ਕੇ ਜਾ ਰਹੇ ਹੋ ਨਾ ਇਹਦਾ ਇਤਿਹਾਸ ਇਹ ਹੈ ਜਿਹੜਾ ਆ ਬੀਬੀ ਦੱਸਦੀ ਪਈ ਹੈ ਤੇ ਕਿੰਨਾ ਚੰਗਾ ਖੋਵੇ ਏਡੀ ਪਵਨ ਧਰਤੀ ਹੈ ਰਾਮ ਜੀ ਦਾ ਅਸਥਾਨ ਬਣਦਾ ਪਿਆ ਹੈ ਹਨਾ ਦੇਖੋ Hindu ਭਰਾਮਤ ਦੀ ਆਸਥਾ ਦਾ ਕੇਂਦਰ ਹੈ ਮੈਂ ਵੀ ਸਤਕਾਰ ਦੇ ਨਾਲ ਸ਼ਬਦਾਬਲੀ ਵਰਤਾਂਗਾ ਮੈਂ ਕਿਉਂ ਕਿਸੇ ਨੂੰ ਮਾੜਾ ਕਹਿਣਾ ਹਨਾ ਜੇ ਮੰਨ ਕੇ ਚੱਲੋ ਵੀ ਐਡਾ ਪਾਵਨ ਅਸਥਾਨ ਬਣਦਾ ਪਿਆ ਹੈ ਤਾਂ ਉਸ ਪਾਵਨ ਅਸਥਾਨ ਦੇ ਉੱਤੇ ਇੱਕ ਬਲਾਤਕਾਰੀ ਦੇ ਹੱਥਾਂ ਦੇ ਵਿੱਚੋਂ ਸ਼੍ਰੀ ਲੰਗਰ ਛਕਣਾ ਜੀ ਸਵਾਲ ਤੇ ਇੱਥੇ ਵੀ ਆ ਜਾਂਦਾ ਆ ਕਿਉਂ ਨਾ ਇਹਨੂੰ ਮਨਾ ਕੀਤਾ ਜਾਵੇ ਵੀ ਖਬਰਦਾਰ ਬਈ ਤੂੰ ਨਹੀਂ ਆਉਣਾ ਚਾਹੀਦਾ ਜਿੰਨੀ ਦੇਰ ਤੱਕ ਤੇਰਾ ਕੇਸ ਨਿਬੜ ਜਾਂਦਾ ਬਾਈ ਜੀ ਨਾ ਪਤਾ ਖੋਵੇ ਹੋਰ ਗੱਲ ਹੈ ਹਰਪ੍ਰੀਤ ਸਿੰਘ ਮਖੂ ਕੀ ਕਰਦਾ ਥੋਨੂੰ ਨਹੀਂ ਪਤਾ ਹਨਾ ਮੈਂ ਵੀ ਬੜਾ ਧਰਮੀ ਕਰਮੀ ਬਣਦਾ ਮਾਂ ਤੁਸੀਂ ਵੀ ਕਹਿੰਦੇ ਬੰਦਾ ਬਹੁਤ ਵਧੀਆ ਆ ਅਸਲ ਦੇ ਵਿੱਚ ਚੋਰ ਤੇ ਉਦੋਂ ਬਣਦਾ ਹੁੰਦਾ ਜਿੱਦ ਤੇ ਫੜਿਆ ਜਾਵੇ ਹਨਾ ਹੁਣੇ ਫੜਿਆ ਗਿਆ ਆ ਹੁਣ ਬੀਬੀ ਬੋਲਦੀ ਪਈ ਐ ਹੁਣ ਤਾਂ ਸਾਨੂੰ ਪਤਾ ਲੱਗ ਗਿਆ ਹੁਣ ਅਸੀਂ ਵਿਸ਼ੇਸ਼ ਤੌਰ ਤੇ ਉਪਰ ਇਹਨੂੰ ਨਿਯੋਤਾ ਦਈਏ ਤੇ ਫਿਰ ਮੇਰੇ ਅੰਦਰ ਤੇ ਇੱਕ ਸਵਾਲ ਆਉਂਦਾ ਹੈ ਵੀ ਐਡਾ ਪਾਵਨ ਸਥਾਨ ਬਣਦਾ ਪਿਆ ਹੋਵੇ ਇੰਨੀਆਂ ਸਦੀਆਂ ਮਗਰੋਂ ਬਣਦਾ ਪਿਆ ਹੋਵੇ ਤੇ ਉੱਥੇ ਇੱਕ ਬਲਾਤਕਾਰ ਨੂੰ ਨਿਯੋਤਾ ਦਿੱਤਾ ਜਾਵੇ ਉਹਨੂੰ ਐਡਾ ਵੱਡਾ ਪ੍ਰਮੋਟ ਕੀਤਾ ਜਾਵੇ ਤੇ ਫਿਰ ਉਹ ਕਹੇ ਵੀ ਮੈਂ ਆਪਣੇ ਹੱਥਾਂ ਦੇ ਨਾਲ ਉੱਥੇ ਲੰਗਰ ਛਕਾਵਾਂਗਾ ਦੇਖੋ ਲੰਗਰ ਕਿਤੇ ਵੀ ਲੱਗਣਾ ਚਾਹੀਦਾ ਹੁਣ ਤੁਸੀਂ ਇੱਥੇ ਲੰਗਰ ਲਾਉਂਦੇ ਹੋ Hindu Muslim Buddhist Jaini ईसाई ਸਾਰੇ ਆ ਕੇ ਛਕਦੇ ਨੇ ਕੋਈ ਆਬਜੈਕਸ਼ਨ ਥੋੜਾ ਯਾਰ ਹੈਨਾ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਜੀ ਨੇ ਧਰਮ ਦੇ ਫਕਤਾ ਦੀ ਖਾਤਰ ਆਪਣੀ ਐਡੀ ਵੱਡੀ ਸ਼ਹਾਦਤ ਦੇ ਦਿੱਤੀ ਜੇ ਮੰਨ ਕੇ ਚੱਲੋ ਉਸ ਸਮੇਂ ਹਿੰਦੂ ਭਰਾਮਾਂ ਦਾ ਰਾਜ ਹੁੰਦਾ ਮੁਸਲਮਾਨਾਂ ਤੇ ਧੱਕਾ ਹੋ ਰਿਆ ਹੁੰਦਾ ਤੇ ਮੈਨੂੰ ਲੱਗਦਾ ਵੀ ਮੇਰੇ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਧਾਰਮਿਕ ਕਟੜਤਾ ਤੋਂ ਬੜੀ ਉੱਚੇ ਜਾ ਕੇ ਉਹਨਾਂ ਦਾ ਵੀ ਸਾਥ ਦਿੰਦੇ ਗੱਲ ਤੇ ਇਹ ਵੀ ਮਜਲੂਮ ਤੇ ਨਾਲ ਅਸੀਂ ਖੜੇ ਆਂ ਜਿੱਥੇ ਵੀ ਲੰਗਰ ਦੀ ਜ਼ਰੂਰਤ ਹੋਵੇਗੀ ਜੇ ਮੰਨ ਲਓ ਇੱਥੇ ਨਗਰ ਕੀਰਤਨ ਨਿਕਲਦਾ ਪਿਆ ਤੇ Hindu ਭਰਾਵਾਂ ਨੇ ਲੰਗਰ ਲਾਤਾ ਹਨਾ ਜੇ ਰਤ ਯਾਤਰਾ ਨਿਕਲਦੀ ਪਈ ਤੇ ਸਿੱਖ ਭਰਾਵਾਂ ਨੇ ਲੰਗਰ ਲਾਤਾ ਸੰਗਤ ਨੇ ਸ਼ੱਕ ਨਾ ਫਿਰ ਕੀ ਹੋ ਗਿਆ ਪਰ ਲੰਗਰ ਲਾਉਣ ਦੇ ਲਈ ਜਿੱਡੇ ਵੱਡੇ ਪੱਧਰ ਦੇ ਉੱਪਰ ਉਹਨੂੰ ਪ੍ਰਮੋਟ ਕੀਤਾ ਜਾ ਰਿਹਾ ਨਾ ਮੈਨੂੰ ਤੇ ਇੰਜ ਲੱਗਦਾ ਪਿਆ ਵੀ ਸ਼ਾਇਦ ਪਾਪਾ ਨੂੰ ਲੁਕਾਉਣ ਵਾਸਤੇ ਉਹਨੂੰ ਇੱਕ ਚਾਹੀਦੀ ਸੀ ਛਤਰੀ ਉਹਨੂੰ ਛਤਰੀ ਮਿਲ ਗਈ ਉਹਨਾਂ ਨੂੰ ਮੌਕਾ ਮਿਲ ਗਿਆ ਕਿਉਂਕਿ ਬੀਜੇਪੀ ਦਾ ਏਜੰਡਾ ਤੇ ਪਹਿਲਾਂ ਵੀ ਇਸ ਕਿਸਮ ਦਾ ਰੇਖਾ ਆ ਹਨਾ ਵੀ ਇਹ ਸਨਾਤਨੀ ਨੇ ਹੁਣ ਤੁਸੀਂ ਦੇਖੋ ਵੀ ਅਗਲੀ ਗੱਲ ਕਿੰਡੀ ਗਜਬ ਦੀ ਗੱਲ ਹੈ ਤੂੰ ਲੰਗਰ ਲਾਉਣਾ ਤੂੰ ਇਹ ਕਹਿ ਵੀ ਉੱਥੇ ਐਨੇ ਸਾਡੇ ਪ੍ਰਬੰਧ ਹੋਣਗੇ ਇੰਨਾ ਅਸੀਂ ਜਾਵਾਂਗੇ ਇਹ ਗੱਲ ਤੇ ਸਮਝ ਵਿੱਚ ਆਉਂਦੀ ਹੈ ਮੁਸਲਮਾਨ ਧਰਮ ਇੱਥੋਂ ਦਾ ਨਹੀਂ 크ਿਸਚਨ ਇੱਥੋਂ ਦੇ ਨਹੀਂ ਭਾਈ ਜੀ ਇਹ ਗੱਲਾਂ ਆਖਣ ਦੀ ਕੀ ਲੋੜ ਪਈ ਹੈ ਲਾਉਣਾ ਤੂੰ ਲੰਗਰ ਹੈ ਤੂੰ ਪਹਿਲਾਂ ਬੰਡੀਆਂ ਪਾ ਰਿਆਂ ਆ ਪੁੱਛ ਸਕਦਾ ਤੂੰ ਉੱਥੇ ਜਾ ਕੇ ਵੀ ਲੋਕਾਂ ਨੂੰ ਧਰਮ ਪੁੱਛੇਗਾ ਉੱਥੇ ਨਮਾ ਬਵਾਦ ਖੜਾ ਕਰੇਗਾ ਕਿੰਨਾ ਚੰਗਾ ਖੋਵੇ ਇਸ ਬੰਦੇ ਦੇ ਉੱਪਰ ਸਮਾਂ ਰਹਿੰਦੀ ਆ ਕਿ ਨਕੀਲ ਕਸਨੀ ਚਾਹੀਦੀ ਇਹ ਵੀ ਤੈਨੂੰ ਇਹ ਗੱਲਾਂ ਆਖਣ ਦੀ ਕੀ ਲੋੜ ਹੈ ਇਹ ਗੱਲ ਸੁਣੋ ਮੇਰੇ ਛੋਟੇ ਵੀਰ ਆਪਾਂ ਇਹ ਤੇ ਕਹਿ ਦਿੱਤਾ ਵੀ ਮੁਸਲਮਾਨ ਧਰਮ ਇੱਥੋਂ ਦਾ ਨਹੀਂ ਮੈਂ ਵੀ ਮੰਨ ਜਾਂਦਾ ਮਾਂ ਹੈਨਾ ਕ੍ਰਿਸਚੈਂਟੀ ਜਿਹੜੀ ਆ ਉਹ ਇੱਥੋਂ ਦੀ ਨਹੀਂ ਮੈਂ ਐਗਰੀ ਕਰ ਜਾਂਦਾ ਮਾਂ ਜੇ ਹੁਣ ਆਪਾਂ ਪੰਜਾਬ ਤੋਂ ਬਾਹਰ ਜਾਂ ਭਾਰਤ ਤੋਂ ਬਾਹਰ ਗੁਰਦੁਆਰੇ ਵੀ ਬਣੇ ਨੇ ਮੰਦਰ ਬਣੇ ਨੇ ਜੇ ਉਹ ਲੋਕ ਕਹਿੰਦੇ ਵੀ ਇਹ ਧਰਮ ਇੱਥੋਂ ਦਾ ਨਹੀਂ ਅਸੀਂ ਵਧਨ ਫੁੱਲਣ ਨਹੀਂ ਦੇਣਾ ਫਿਰ ਦੋਸਤੋ ਨਤੀਜਾ ਕੀ ਨਿਕਲੇਗਾ ਹੁਣ ਤੁਸੀਂ ਇੱਕ ਚੀਜ਼ ਨੂੰ ਬੜੇ ਪਿਆਰ ਦੇ ਨਾਲ ਸਮਝਿਆ ਜੇ ਜਿਹੜਾ ਇਹਨੇ ਬਿਆਨ ਦਿੱਤਾ ਆ ਮੈਨੂੰ ਇੰਜ ਲੱਗਦਾ ਵੀ ਉਹ ਸਿੱਖਾਂ ਤੇ ਮੁਸਲਮਾਨਾਂ ਦੇ ਵਿੱਚ ਬਹੁਤ ਵੱਡਾ ਵਿਵਾਦ ਪੈਦਾ ਕਰੇਗਾ ਗੁਰਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਨਾਲ ਭਾਈ ਮਰਦਾਨਾ ਜੀ ਨੇ ਪੰਜਵੇਂ ਪਾਤਸ਼ਾਹ ਮਹਾਰਾਜ ਜੀ ਦੇ ਨਾਲ ਸਾਈ ਮੀਆਂ ਮੀਰ ਜੀ ਨੇ 10ਵੇਂ ਪਾਤਸ਼ਾਹ ਮਹਾਰਾਜ ਜੀ ਦੇ ਨਾਲ ਪੀਰ ਬੱਧੂ ਸ਼ਾਹ ਦਾ ਨਾਮ ਆਉਂਦਾ ਆ ਗਨੀ ਖਾਨ ਤੇ ਨਬੀ ਖਾਨ ਦਾ ਨਾਮ ਆਉਂਦਾ ਆ ਤੇ ਗਨੀ ਖਾਨ ਨਬੀ ਖਾਨ ਨੂੰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਹੁਕਮਨਾਮਾ ਦਿੰਦੇ ਨੇ ਜਿਹੜਾ ਅੱਜ ਵੀ ਕਾਪੀ ਜਿਹੜੀ ਹੈ ਮਾਸੀਵਾੜੇ ਦੀ ਧਰਤੀ ਤੇ ਪਈ ਹੈ ਵੀ ਗਨੀ ਖਾਨ ਨਬੀ ਖਾਨ ਮੇਰੇ ਪੁੱਤ ਕਹਿਣ ਹੁਣ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਪੁੱਤ ਵੀ ਕਹਿੰਦੇ ਨੇ ਗੱਲ ਤੇ ਇਨਸਾਨੀਅਤ ਦੀ ਹੈ ਇਨਸਾਨੀਅਤ ਹਿੰਦੂ ਦੇ ਵਿੱਚ ਵੀ ਹੈ ਇਨਸਾਨੀਅਤ ਮੁਸਲਮਾਨ ਦੇ ਵਿੱਚ ਵੀ ਹੈ ਇਨਸਾਨੀਅਤ ਬੋਧੀ ਦੇ ਵਿੱਚ ਵੀ ਹੈ ਜੈਨੀ ਦੇ ਵਿੱਚ ਵੀ ਹੈ ਜਿਹੜਾ ਆਪਣੇ ਅੰਦਰੋਂ ਪੈਦਾ ਇਸ ਬਾਬੇ ਹਰਜੀਤ ਦੇ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਜਾਂਦੀ ਹੈ। ਉਹ ਸੀ ਵੀ ਚਲਾਉਂਦੇ ਆ। ਉਸ ਤੋਂ ਬਾਅਦ ਕਈ ਅਜਿਹੇ ਇੰਟਰਵਿਊ ਵੀ ਅਸੀਂ ਕੀਤੇ ਜਿਨ੍ਹਾਂ ਨੇ ਸਵਾਲ ਚੁੱਕੇ ਇਸ ਬਾਬੇ ਹਰਜੀਤ ਦੇ ਉੱਤੇ ਤੇ ਥੱਲੇ ਕਮੈਂਟ ਬਹੁਤ ਵੱਖਰੇ ਤਰ੍ਹਾਂ ਦੇ ਆਏ। ਕਹਿੰਦੇ ਕਿ ਅੱਜ ਹੀ ਸਵਾਲ ਕਿਉਂ ਚੁੱਕੇ ਜਾ ਰਹੇ ਨੇ ਜਦੋਂ ਉਹ ਰਾਮ ਮੰਦਰ ਦੇ ਵਿੱਚ ਲੰਗਰ ਲਾਉਣ ਜਾ ਰਿਹਾ ਹੈ। ਕਹਿੰਦੇ ਇੱਥੇ ਲੰਗਰ ਲਾਉਂਦਾ ਜਾਂ ਇੱਥੇ ਕੁਝ ਕਰਦਾ ਕਹਿੰਦੇ ਕਿਸੇ ਨੂੰ ਸਵਾਲ ਲਿਖ ਦੇਣਾ। ਬਾਈ ਜੀ ਜਦੋਂ ਪਤੰਗ ਤੁਸੀਂ ਹੇਠਾਂ ਰੱਖਿਆ ਪੇਚਾ ਕੋ ਲਾਉਂਦੇ ਨਹੀਂ ਜੋ ਪਤੰਗ ਤਾਂ ਚੜੇਗਾ ਉਦੋਂ ਹੀ ਪੇਚਾ ਲੱਗੂਗਾ ਨਾ ਉਹਦੇ ਨਾਲ। ਹਨਾ ਹੁਣ ਹੋਣ ਬੀਬੀ ਵੀ ਸਾਹਮਣੇ ਆ ਗਈ ਬੀਬੀ ਕਹਿੰਦੀ ਐਡਾ ਧਰਮੀ ਨਾ ਬਣ ਜਿੱਦਾਂ ਤੂੰ ਬਣ ਕੇ ਬੁਖਾਰਿਆ ਆਂ ਹਨਾ ਚੁੱਪ ਕੀਤਾ ਰਹਿੰਦਾ ਹੋ ਸਕਦਾ ਇਹਦਾ ਜਿਹੜਾ ਪੋਤਲਾ ਸੀ ਉਹ ਕੱਜ ਜਾਂਦਾ ਹੁਣ ਜਦੋਂ ਧਰਮੀ ਬਣਦਾ ਪਿਆ ਉਹ ਕਹਿੰਦੀ ਨਾ ਨਾ ਮੈਂ ਦੱਸਦੀ ਆਂ ਵੀ ਕਿੱਡਾ ਕਬੜਾ ਧਰਮੀ ਐ ਇਹਨੇ ਮੇਰੇ ਨਾਲ ਧੱਕਾ ਕੀਤਾ ਇਹਨੇ ਮੇਰੇ ਨਾਲ ਜ਼ੁਲਮ ਕੀਤਾ ਹਨਾ ਤੇ ਹੁਣ ਜੇ ਆਪਾਂ ਇਨਸਾਨੀਅਤ ਨੂੰ ਪਸੰਦ ਕਰਨ ਵਾਲੇ ਲੋਕ ਆ ਤੇ ਮੇਰੇ ਖਿਆਲ ਦੇ ਵਿੱਚ ਅਸੀਂ ਉੱਥੇ ਇਹ ਦੇਖਣਾ ਪਏਗਾ ਵੀ ਇੱਕ ਬੀਬੀ ਨਾਲ ਧੱਕਾ ਹੋਇਆ ਸਮਾਜ ਦੀ ਧੀ ਦੇ ਨਾਲ ਤੱਕਾ ਕੋਇਆ ਹੈ ਨਾ ਸਾਨੂੰ ਉਹਦਾ ਸਾਥ ਦੇਣਾ ਚਾਹੀਦਾ ਕਿ ਸਾਨੂੰ ਬਾਬੇ ਹਰਜੀਤ ਦਾ ਸਾਥ ਦੇਣਾ ਚਾਹੀਦਾ ਇੱਕ ਐਜ਼ ਅ ਇਨਸਾਨ ਮੈਨੂੰ ਦੱਸੋ ਮੈਂ ਤੁਹਾਡੇ ਤੋਂ ਸਵਾਲ ਕਰਦਾ ਮੈਨੂੰ ਕਿੱਥੇ ਖੜਨਾ ਚਾਹੀਦਾ ਮੈਨੂੰ ਬਾਬੇ ਹਰਜੀਤ ਨਾਲ ਖੜਨਾ ਚਾਹੀਦਾ ਹੈ ਕਿ ਬਾਬੇ ਹਰਜੀਤ ਦੇ ਧੱਕੇ ਦਾ ਸ਼ਿਕਾਰ ਹੋਈ ਬੀਬੀ ਨਾਲ ਖੜਨਾ ਚਾਹੀਦਾ ਐਜ਼ ਇਨਸਾਨ ਮੈਂ ਕਿੱਥੇ ਖੜਾ ਹੂੰ ਬੀਬੀ ਨਾਲ ਹੀ ਖੜਨਾ ਬੀਬੀ ਨਾਲ ਖੜਨਾ ਨਾ ਬਸ ਫਿਰ ਬੀਬੀ ਨਾਲ ਖੜ ਗਏ ਆਪਾਂ ਹੂੰ ਪੜਿਕ ਤੇ ਜਦੋਂ ਇਸ ਤੋਂ ਪਹਿਲਾਂ ਵੀ ਇੱਕ ਬਾਬੇ ਦਾ ਰੌਲਾ ਪੈਂਦਾ ਹੈ ਬਾਬਾ ਗੁਲਾਬ ਸਿੰਘ ਉਹਦਾ ਨਾਮ ਹੈ ਉਹਦਾ ਵੀ ਰੌਲਾ ਪੈਂਦਾ ਇੱਥੇ ਇੱਥੇ ਪ੍ਰੈਸ ਕਾਨਫਰੰਸ ਕਰਦੇ ਨੇ ਉਸ ਦਿਨ ਬਾਬਾ ਹਰਜੀਤ ਨਾਲ ਆਉਂਦੇ ਨੇ ਤੇ ਉਹਨਾਂ ਦੇ ਨਾਲ ਤਕਰੀਬਨ 10 ਦੇ ਕਰੀਬ ਜਿਹੜੇ ਆਪਣੇ ਮਨੂੰ ਸੰਤ ਮਾਫ ਸੰਤ ਮਾਫ 8-10 ਉਹ ਵੀ ਫੜੇ ਜਾਣਗੇ ਉਹ ਇੱਕ ਆਂਦਾ ਹੁੰਦਾ ਹੁੰਦਾ ਹੈ ਨਾ ਕਈ ਵਾਰੀ ਸਭ ਫੜੇ ਜਾਣਗੇ ਹੁਣ ਇੱਕ ਬੋਲਿਆ ਉਹ ਫੜਿਆ ਗਿਆ ਇੱਕ ਹੋਰ ਸੀ ਉਹ ਚੀਲ ਲਾ ਲੈ ਕਿਹੜਾ ਹਨਾ ਉਹ ਵੀ ਆ ਗਿਆ ਇਸੇ ਪ੍ਰਕਾਰ ਹੋਰ ਵੀ ਕਾਬੂ ਹੁੰਦੇ ਜਾਣਗੇ ਦੇਖੋ ਇੱਕ ਚੀਜ਼ ਮੰਨ ਕੇ ਚੱਲਿਆ ਜੇ ਜਦੋਂ ਆਪਾਂ ਛੋਟੇ ਹੁੰਨੇ ਆ ਨਾ ਆਪਣੇ ਵੀ ਮਾਪੇ ਸਮਝਾਉਂਦੇ ਆ ਬੇਟੇ ਗੰਦੇ ਬੰਦੇ ਦੀ ਸੰਗਤ ਨਹੀਂ ਕਰਨੀ ਇੰਜ ਨਹੀਂ ਕਰਨਾ ਉਹਨਾਂ ਨਾਲ ਨਹੀਂ ਬਹਿਣਾ ਆਪਾਂ ਨੂੰ ਸਮਝਾਉਂਦੇ ਆ ਉਹ ਇੱਕ ਯੂਨਿਟੀ ਬਣ ਜਾਂਦੀ ਉਹਨਾਂ ਲੋਕਾਂ ਦੀ ਹਨਾ ਚੋਰਾਂ ਦੀ ਆਪਣੀ ਯੂਨਿਟੀ ਹੈ ਤੁਸੀਂ ਦੇਖੋ ਤੁਸੀਂ ਕਹੋ ਨਸ਼ਾ ਬੰਦ ਕਰਨਾ ਆ ਅਮਲੀ ਸਾਰੇ ਇਕੱਠੇ ਹੋ ਕੋ ਉਹਨਾਂ ਦੀ ਯੂਨੀਅਨ ਨਵੀਂ ਬਣ ਜਾਂਦੀ ਹੈ ਹਨਾ ਉਹ ਯੂਨੀਅਨ ਬਣ ਕੇ ਕਹਿੰਦੇ ਆ ਦੱਸੋ ਅਸੀਂ ਕਿੱਥੇ ਜਾਵਾਂਗੇ ਸਰਕਾਰ ਨੇ ਸਾਡਾ ਕੀ ਸੋਚਿਆ ਹਨਾ ਉਹ ਇਸ ਤਰ੍ਹਾਂ ਯੂਨਿਟੀ ਬਣ ਜਾਂਦੀ ਹੈ ਇਸੇ ਪ੍ਰਕਾਰ ਮਾ ਧਰਮ ਦੀ ਆੜ ਦੇ ਵਿੱਚ ਲੁਕੇ ਹੋ ਵੀ ਇੱਕ ਯੂਨਿਟੀ ਬਣਾ ਕੇ ਬੈਠੇ ਨੇ ਵੀ ਤੇਰੇ ਨਾਲ ਬਣੇਗੀ ਆਪਾਂ ਖਲੋਤੇ ਆ ਜੇ ਤੇਰੇ ਨਾਲ ਬਣ ਗਈ ਆਪਾਂ ਖਲੋਤੇ ਆ ਜੇ ਮੇਰੇ ਨਾਲ ਬਣ ਗਈ ਤਾਂ ਮੈਂ ਮੈਂ ਤੈਨੂੰ ਇੱਕ ਛੋਟੀ ਜਿਹੀ ਉਦਾਹਰਣ ਬੜੀ ਪਿਆਰੀ ਜੀ ਦੱਨਾ ਮੈਂ ਮੈਂ ਨੇ ਘਰ ਦੇ ਵਿੱਚ ਬੈਠਾ ਸਾਂ ਤੇ ਮੈਂ ਦਸਤਾਰ ਸਜਾਈ ਜਾਵਾ ਤੇ ਉਹ ਪਿਓ ਨੇ ਬੱਚੇ ਨੂੰ ਕਿਸੇ ਗੱਲ ਤੋਂ ਟੋਕਿਆ ਪਿਓ ਨੇ ਬੱਚੇ ਨੂੰ ਟੋਕਿਆ ਮਾਂ ਦਾ ਫਰਜ਼ ਬਣਦਾ ਸੀ ਜਾ ਕੇ ਕਹਿੰਦੀ ਵੀ ਮੂੰਹ ਕਿਉਂ ਬਣਾਇਆ ਤੇਰੇ ਪਿਓ ਨੇ ਚੰਗੇ ਨੂੰ ਕਿਹਾ ਮਾਂ ਕੋਲ ਗਈ ਜਾ ਕੇ ਬੱਚੇ ਦਾ ਮੂੰਹ ਜਾ ਪਲੋਸ ਕੇ ਕਹਿੰਦੀ ਚੱਲ ਕੋਈ ਨਹੀਂ ਮੈਂ ਵੀ ਕੱਟੀ ਆ ਤੂੰ ਵੀ ਕੱਟ ਲਾ ਉਹ ਮੈਨੂੰ ਗੱਲ ਬੜੀ ਪੈੜੀ ਲੱਗੀ ਮੈਂ ਕਿਹਾ ਭੈਣੇ ਆ ਗੱਲ ਕਿਉਂ ਕਹੀ ਐ ਵੀ ਤੈਨੂੰ ਜੇਲ੍ਹ ਕੱਟੀ ਐ ਘਰ ਵਾਲਾ ਆ ਤੇਰਾ ਹਨਾ ਫਿਰ ਮੈਂ ਦਿਮਾਗ ਲਾਇਆ ਮੈਂ ਕਿਹਾ ਵੀ ਇਹ ਪਤਾ ਹੋਇਆ ਕਿ ਆਇਆ ਉਹ ਬੇਟੇ ਨਾਲ ਇਸ ਕਰਕੇ ਖੜ ਗਏ ਵੀ ਅੱਜ ਪਿਓ ਨੇ ਕੱਢੀਆਂ ਤੈਨੂੰ ਅੱਖਾਂ ਮੈਂ ਨਾਲ ਆ ਜਦੋਂ ਕੱਲ ਨੂੰ ਮੈਨੂੰ ਅੱਖਾਂ ਕੱਢੇਗਾ ਤੂੰ ਮੇਰੇ ਨਾਲ ਖਲੋ ਜਾਣਾ ਇਹ ਸਿਸਟਮ ਇਹ ਆ ਵੀ ਅੱ ਜੇ ਕੱਲ ਨੂੰ ਸਾਡੇ ਨਾਲ ਬਣੀ ਤਾਂ ਤੂੰ ਸਾਡੇ ਨਾਲ ਆ ਜੀ ਪਰ ਇਹਨਾਂ ਨੂੰ ਇਹ ਨਹੀਂ ਪਤਾ ਵੀ ਇਹਨਾਂ ਦੇ ਲੰਗੋਟ ਨੂੰ ਹੱਥ ਪੈ ਗਿਆ ਹਨਾ ਬਾਜਬਾ ਉਹ ਪਿੱਛੇ ਹਟਨ ਵਾਲਾ ਨਹੀਂ ਸੈਣੀ ਉਹ ਮਾਨ ਨਹੀਂ ਮੈਂ ਤਾਂ ਕਈ ਵਾਰੀ ਕਹਿਣਾ ਖੁਣਾ ਦੇਖੋ ਗੱਲ ਬੜੀ ਭੈੜੀ ਜੀ ਆਖਣ ਲੱਗਾ ਮੈਂ ਲੋਚੇ ਨੂੰ ਲੰਡਾ ਵਾਲੀ ਗੱਲ ਹੈ ਨਾ ਇਹ ਸਾਧਾਂ ਵਿੱਚ ਇਸ ਤਰੀਕੇ ਨਾਲ ਹੀ ਮਿਲ ਪੈਂਦੇ ਨੇ ਤੇ ਇਧਰ ਉਹ ਯੂਨਿਟੀ ਜੇ ਉਹਨਾਂ ਦੀ ਤਾਂ ਸਾਡੇ ਵੀ ਯੂਨਿਟੀ ਬਣ ਗਈ ਹਨਾ ਹਰਪ੍ਰੀਤ ਸਿੰਘ ਮਖੂ ਵੀ ਖੜ ਗਿਆ ਬਾਜਬਾ ਵੀ ਖੜ ਗਿਆ ਪ੍ਰੀਤ ਸੈਣੀ ਵੀ ਖੜ ਗਿਆ ਹੈਨਾ ਅਸੀਂ ਤਾਂ ਅੱਗੇ ਇਹਨਾਂ ਕੰਮਾਂ ਦੇ ਵਿੱਚ ਬਦਨਾਮ ਆ ਅਸੀਂ ਤਾਂ ਲੱਭਦੇ ਫਿਰਦੇ ਆ ਖੁੱਡਾਂ ਦੇ ਵਿੱਚ ਜਾ ਕੇ ਲੱਭਦੇ ਫਿਰਦੇ ਆ ਵੀ ਸਾਨੂੰ ਕੋਈ ਹੋ ਜਾ ਲੱਭੇ ਹੈਨਾ ਇਸ ਕਰਕੇ ਜੇ ਇਹਨਾਂ ਨੇ ਯੂਨਿਟੀ ਬਣਾ ਕੇ ਚੱਲੇ ਨੇ ਤੇ ਇੱਕ ਇੱਕ ਕਰਕੇ ਇਹਨਾਂ ਦੇ ਸਾਰਿਆਂ ਦੇ ਲੰਗੋਟ ਨੂੰ ਹੱਥ ਪਾਵਾਂਗੇ ਛੱਡ ਦੇ ਕਿਸੇ ਨੂੰ ਨਹੀਂ ਮਕੂ ਸਾਹਿਬ ਇਹ ਤਾਂ ਬਾਬੇ ਫਿਰ ਉਹ ਵੀ ਕਹਿੰਦੇ ਨੇ ਕਹਿੰਦੇ ਕਿ ਸਾਡੇ ਤੋਂ ਪੈਸਿਆਂ ਦੀ ਡਿਮਾਂਡ ਹੁੰਦੀ ਆ ਕਹਿੰਦੇ ਇੱਕ ਧੰਦਾ ਵੱਖਰਾ ਚਲਾਇਆ ਬਾਜਵੇ ਦੇ ਉੱਤੇ ਵੀ આરોਪ ਲੱਗਦੇ ਨੇ ਇਹ ਕਈ ਤਰ੍ਹਾਂ ਦੀ ਆਡੀਓ ਦੇ ਕੇ ਜਾਂਦੇ ਨੇ ਕਹਿੰਦੇ ਕਿ ਲੱਖਾਂ ਰੁਪਏ ਦੀ ਡਿਮਾਂਡ ਕਰਦੇ ਬਹੁਤ ਵਧੀਆ ਗੱਲ ਹੈ ਮੈਂ ਤਾਂ ਕਹਿੰਦਾ ਬਿਲਕੁਲ ਹੋਣੀ ਚਾਹੀਦੀ ਹੈ ਤੇ ਇਹਨਾਂ ਨੂੰ ਸਾਰਾ ਕੁਝ ਜਨਤਕ ਕਰਨਾ ਚਾਹੀਦਾ ਆ ਜਿਹੜੀ ਇੱਕ ਆਡੀਓ ਦਾ ਹਵਾਲਾ ਦਿੰਦੇ ਪਏ ਨੇ ਉਹ ਬਾਤਬਾ ਕਲੀਅਰ ਕਰ ਚੁੱਕਾ ਵੀ ਆਡੀਓ ਕਿਸ ਸੰਦਰਭ ਦੇ ਵਿੱਚ ਹੋਈ ਹੈ ਹੈਨਾ ਕੋਈ ਸੰਦਰਭ ਕੁਝ ਹੋਰ ਹੋਇਆ ਆ ਬਣਾ ਇਹਨਾਂ ਨੇ ਕੁਝ ਹੋਰ ਲਿਆ ਫਿਰ ਇੱਕੋ ਆਡੀਓ ਇੱਕ ਬਾਬੇ ਨਾਲ ਜਦੋਂ ਮੁੱਦਾ ਜੋੜਦਾ ਉਹੀ ਆਡੀਓ ਆ ਜਾਂਦੀ ਹੈ ਜੋ ਦੂਜੇ ਬਾਬੇ ਨਾਲ ਮੁੱਦਾ ਜੋੜਦਾ ਉਹੀ ਆਡੀਓ ਆ ਜਾਂਦੀ ਹੈ ਤੇ ਤੀਜੇ ਬਾਬੇ ਨਾਲ ਮੁੱਦਾ ਜੋੜਦਾ ਆਡੀਓ ਇੱਕੋ ਹੀ ਆ ਰਹੀ ਬਾਬੇ ਵੱਖੋ ਵੱਖਰੇ ਆ ਹੁਣ ਤੁਸੀਂ ਅੰਦਾਜ਼ਾ ਲਾ ਕੇ ਵੇਖੋ ਵੀ ਇਹ پلان ਕਿੰਨਾ ਵੱਡਾ ਚੱਲਦਾ ਪਿਆ ਇਹ ਵੀ ਆਪਾਂ ਜਨਤਕ ਕਰ ਲਿਆ ਹੈਨਾ ਹੁਣ ਉਹਨਾਂ ਦੇ ਕੋਲ ਕੁਝ ਵੀ ਨਹੀਂ ਬਚਿਆ ਹੁਣ ਸਿਰਫ ਇੱਕੋ ਇਲਜ਼ਾਮ ਲਾ ਸਕਦੇ ਵੀ ਸਾਡੇ ਕੋਲੋਂ ਪੈਸੇ ਮੰਗਦੇ ਨੇ ਅਸੀਂ ਕਹਿੰਨੇ ਵੀ ਕਿੱਥੇ ਮੰਗਦੇ ਇਹ ਵੀ ਦੱਸ ਦਿਓ ਕਿਹੜੀ ਥਾਂ ਤੇ ਜਾ ਕੇ ਮੰਗੇ ਇਹ ਵੀ ਦੱਸ ਦਿਓ ਤੁਸੀਂ ਕਿੰਨੇ ਹੁਣ ਤੱਕ ਦਿੱਤੇ ਤੁਸੀਂ ਕਹਿੰਦੇ ਮੰਗਦੇ ਮੈਂ ਸੱਚੀ ਗੱਲ ਦੱਸਾਂ ਇਹ ਤਾਂ ਲਫਾਫੇ ਲੈ ਕੇ ਮਗਰ ਤੁਰੇ ਫਿਰਦੇ ਨੇ ਜੋ ਸਾਡੇ ਤੱਕ ਆਈਆਂ ਹੈਨਾ ਵੀ ਆਪਾਂ ਇੰਝ ਕਰੀ ਆਪਾਂ ਠਰਦੀਏ ਬਾਬੇ ਦਾ ਬਣਿਆ ਬਣਾਇਆ ਜੀ ਚਾਮ ਧਾਮ ਦਿਆ ਮੈਂ ਕਿਹਾ ਨਹੀਂ ਬਾਈ ਜੀ ਹੁਣ ਤੇ ਲੰਗੋਟ ਨੂੰ ਹੱਥ ਪਿਆ ਆ ਹੁਣ ਇੱਕਦਮ ਪਿਸ਼ਾ ਖੇਚਿਆ ਨਹੀਂ ਜਾਣਾ ਸਾਡੇ ਤੇ ਵੀ ਲੋਕਾਂ ਨੇ ਸਵਾਲ ਕਰਨੇ ਆ ਤੇ ਜੇ ਬਾਬਾ ਸੱਚਾ ਆ ਤੇ ਦੇਖੋ ਸਾਡੇ ਇਹਨਾਂ ਨਾਲ ਕੋਈ ਵੱਟ ਦਾ ਰੌਲਾ ਨਹੀਂ ਹੈ ਸਿਧਾਂਤਕ ਰੌਲਾ ਹੈ ਨਾ ਅਸੀਂ ਕਹਿੰਦੇ ਆ ਵੀ ਤੁਸੀਂ ਚਿੱਟਾ ਕਪੜਾ ਪਾਇਆ ਆਪਣਾ ਦामਨ ਵੀ ਚਿੱਟਾ ਰੱਖੋ ਬਸ ਮਸਲਾ ਤੇ ਇੰਨਾ ਕੀ ਆ ਹੋਰ ਕੋਈ ਮਸਲਾ ਨਹੀਂਗਾ ਤੇ ਹੁਣ ਇਹਨਾਂ ਦੇ ਕੋਲ ਹੋਰ ਕੋਈ ਕਿਸੇ ਪ੍ਰਕਾਰ ਦਾ ਲੌਜੀਕ ਨਹੀਂ ਹੈ ਤੁਸੀਂ ਲੌਜੀਕਲੀ ਸਵਾਲ ਕਰੋਗੇ ਮੈਂ ਤੁਹਾਨੂੰ ਲੌਜੀਕਲੀ ਜਵਾਬ ਦੇਵਾਂਗਾ ਹੁਣ ਇਹਨਾਂ ਕੋਲ ਲੌਜਿਕ ਕੋਈ ਨਹੀਂ ਰਹਿ ਗਿਆ ਹੁਣ ਇੱਕੋ ਗੱਲ ਹੈ ਸਰ ਤੋਂ ਪੈਸੇ ਮੰਗਦੇ ਨੇ ਹੋ ਸਕਦਾ ਕੱਲ ਨੂੰ ਇਹ ਵੀ ਨਵੀਂ ਗੱਲ ਅਡਾ ਦੇਣ ਵੀ ਸਾਨੂੰ ਧਮਕੀਆਂ ਦਿੰਦੇ ਨੇ ਅਸੀਂ ਤਾਂ ਕਹਿੰਨਾ ਉਹ ਵੀ ਜਨਤਕ ਹੋਣੀ ਚਾਹੀਦੀ ਵੀ ਕੌਣ ਧਮਕੀਆਂ ਦੇ ਰਿਹਾ ਆ ਉਹ ਬੰਦਾ ਕਾਬੂ ਖੋਣਾ ਚਾਹੀਦਾ ਉਹਦੇ ਬਿਆਨ ਦਰਜ ਹੋਣੇ ਚਾਹੀਦੇ ਵੀ ਕਿਦੇ ਆਧਾਰ ਤੇ ਉਹ ਪਰ ਦੇ ਰਿਹਾ ਸਭ ਕੁਝ ਸਾਹਮਣੇ ਹੋਣਾ ਚਾਹੀਦਾ ਬਿਲਕੁਲ ਸੋ ਇਸਨ ਹਰਪ੍ਰੀਤ ਸਿੰਘ ਮਖੂਜ ਜਿੰਨਾਂ ਨੇ ਸਵਾਲ ਚੁੱਕੇ ਨੇ ਬਾਬੇ ਹਰਜੀਤ ਦੇ ਉੱਤੇ ਕਿਉਂਕਿ ਬਾਬਾ ਹਰਜੀਤ ਨੇ ਦੰਨਾ ਕੜਛੀਆਂ ਤੇ ਜਿਹੜੇ ਪਤੀਲੇ ਲੈ ਕੇ ਅਯੁੱਧਿਆ ਦੇ ਵਿੱਚ ਗਏ ਨੇ ਤੇ ਉਹ ਕਹਿੰਦੇ ਕਿ ਅਸੀਂ ਰਾਮ ਲੱਲਾ ਦੀ ਸਥਾਪਨਾ ਦਿਵਸ ਤੇ ਮੌਕੇ ਦੇ ਉੱਤੇ ਲੰਗਰ ਲਾਉਣਾ ਸੋ ਕਈ ਤਰ੍ਹਾਂ ਦੇ ਸਵਾਲ ਬਾਬੇ ਦੇ ਉੱਤੇ ਉੱਠੇ ਨੇ ਰੂਪ ਦੇ ਨਾਮਾ ਦੇ ਉੱਤੇ ਜਿਹੜਾ ਰੇਪ ਦਾ 376 ਤੱਕ ਦਾ ਪਰਦਾ ਇਸ ਬਾਬੇ ਦੇ ਨਾਮ ਤੇ ਜਿਹੜਾ ਉਹ ਦਰਜ ਕੀਤਾ ਗਿਆ